ਕੀ ਜੋਰਾ ਬਾਲਦੀ ਅਸੀਂ ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸੱਦਾ ਆ ਗਿਆ, ਹੁਕਮ ਆ ਗਿਆ, ਉਦੋਂ ਇਹ ਰੰਗਲੀ ਦੁਨੀਆਂ ਨੂੰ ਛੱਡ ਕੇ, ਇਹ ਰੰਗਲੇ ਸੰਸਾਰ ਨੂੰ ਛੱਡ ਕੇ ਸਭ ਨੇ ਤੁਰ ਜਾਣਾ। ਸਦਾ ਸਿਵ ਸਦਾ ਤੇਰੀ ਨਾਮ ਮਨ ਵਸਾਵੇ।
ਸੱਚੇ ਸਾਹਿਬ ਕਿਆ ਨਾਹੀ ਕਰਦੇ ਰਹਿ ਸਾਚਾ ਨਾਮ ਮੇਰਾ ਧਾਰੋ ਕਰ ਸ਼ਾਂਤ ਹੁਕਮਾਂ ਤੇ ਆਏ ਵਸਿਆ ਜਿੰਨ ਇੱਛਾ ਸਾਧੁ ਪੁਜਾਨਿਆ ਸਦਾ ਕੁਰਬਾਨ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀ ਕੇ ਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੁਣ ਸਹਾਏ ਜਾਏ ਤੇਗ ਬਹਾਦਰ ਸਿਮਰੀਆ ਕਰ ਨਾਮ ਆਵੇ ਧਾਈ ਸਲਖਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਜੁਗਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਨਜ਼ਾਰਾ ਜੀ ਕਾ ਧਿਆਨ ਕਰਕੇ ਬੋਲੋ ਜੀ ਦੀ ਪਾਵਰ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਦਸਾਰ ਪਾਤਸ਼ਾਹ ਜੀਓ ਜਿਹਾ ਜਿਹੀ ਲਿਖਿਆ ਤਿਹਾ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸਦੇ ਉੱਕੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਮਾਨ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੂੰ ਸਤਿਗੁਰ ਜੀ ਨੇ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ ਕੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਭੇਜਿਆ ਸੀ। ਸਤਿਗੁਰੂ ਨੇ ਸਵਾਸਾਂ ਦੀ ਪੂੰਜੀ ਸਮਾਪਤ ਕਰਦੇ ਆਪਣੇ ਹੁਕਮ ਅਨੁਸਾਰ ਆਪ ਦੇ ਚਰਨਾਂ ਵਿਖੇ ਜਾ ਬਰਾਦੀ ਹਨ। ਸਤਿਗੁਰ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵੀ ਕਈ ਕਈ ਦਿਨਾਂ ਤੋਂ ਲੈ ਕੇ ਸਹਿਜ ਪਾਠ ਪ੍ਰਭ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਦੀ ਸਮਾਪਤੀ ਹੋਈ ਹੈ। ਪ੍ਰਭ ਖੁੱਲ੍ਹੇ ਬਣਾਲਾਂ ਵਿੱਚ ਸਤਿਗੁਰ ਕਥਾ ਕੀਰਤਨ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਨੇ। ਸਤਿਗੁਰ ਜੀ ਗੁਰਬਾਣੀ ਦੁਆਰਾ ਵਿਚਾਰਾਂ ਕਰਦਿਆਂ ਗੁਰਬਾਣੀ ਦੇ ਜਾਪ ਕਰਦਿਆਂ ਵਿਅੰਗ ਭੁੱਲਾ ਹੋ ਜਾਂਦੇ ਨੇ। ਆਪ ਜੀ ਬਖਸ਼ਣ ਪਿਤਾ ਸਤਿਗੁਰ ਬਖਸ਼ ਲੈਣਾ। ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਰੂਹ ਨੂੰ ਵਾਛਣਾ ਸਤਿਗੁਰ ਕਿਰਪਾ ਕਰਨੀ। ਲੇਖੇ ਕਿਤੇ ਨਾ ਛੁੱਟੀ ਹੈ ਖਿਣ ਖਿਣ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰ ਜੀ ਕਿਰਪਾ ਕਰਨੀ। ਸਰਦਾਰ ਗੁਰਦੇਵ ਸਿੰਘ ਜੀ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ ਪਾਤਸ਼ਾਹ। ਤੂੰ ਸੰਗਤ ਦੀ ਅਰਦਾਸ ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਪਵਜਲ ਫੇਰਾ। ਸਤਿਗੁਰ ਔਗੁਣ ਨਾ ਚਤਾਰਦੇ ਹੋਇਆਂ ਉਹਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ। ਪਿੱਛੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ। ਆਪ ਜੀ ਦੇ ਬਖਸ਼ੇ ਹੋਏ ਲੋਹ ਲੰਗਰਾਂ ਵਿੱਚੋਂ
हर रोज 24,000 सुवासां दा घट हो गए फिर कहंदे आ रंगली दुनिया नूं छड के तुर जाणा ਜਦੋਂ ਵਾਹਿਗੁਰੂ ਪਰਮੇਸ਼ਰ ਦਾ ਸੱਦਾ ਆ ਗਿਆ, ਹੁਕਮ ਆ ਗਿਆ, ਉਦੋਂ ਇਹ ਰੰਗਲੀ ਦੁਨੀਆਂ ਨੂੰ ਛੱਡ ਕੇ, ਇਹ ਰੰਗਲੇ ਸੰਸਾਰ ਨੂੰ ਛੱਡ ਕੇ ਸਭ ਨੇ ਤੁਰ ਜਾਣਾ। ਸਾਧ ਸੰਗਤ ਜੀ, ਅੱਜ ਅਸੀਂ ਜਿਸ ਦਿਨ ਤੋਂ ਪਰਿਵਾਰ ਨੂੰ ਵਿਛੋੜਾ ਦੇ ਕੇ ਤੁਰ ਗਏ, ਉਸ ਦਿਨ ਤੋਂ ਹੀ ਆਪਾਂ ਸਾਰੇ ਹੀ ਜਿਨ੍ਹਾਂ ਨੂੰ ਦੁੱਖ ਲੱਗਿਆ, ਜਦੋਂ ਜਦੋਂ ਪਤਾ ਲੱਗਿਆ ਘਰ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਦੇ ਰਹੇ, ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਆਇਆ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਆਇਆ। ਸਾਧ ਸੰਗਤ ਜੀ, ਅਰਦਾਸ ਹੁੰਦੀ, ਇਹਦਾ ਮਕਸਦ ਕੀ ਹੈ, ਇਹਦਾ ਭਾਵ ਕੀ ਹੈ? ਅਰਦਾਸ ਸਮਾਪਤੀ ਤੋਂ ਬਾਅਦ ਦੁੱਖ ਦੇ ਸਮੇਂ ਵੀ ਕਰਦੇ ਹਾਂ ਅਤੇ ਸੁੱਖ ਦੇ ਸਮੇਂ ਵੀ, ਕਿਉਂਕਿ ਸਾਧ ਸੰਗਤ ਜੀ ਇਹ ਨਹੀਂ ਪਤਾ ਵੀ ਇੰਨੀ ਭਾਰੀ ਗਿਣਤੀ ਦੇ ਵਿੱਚ ਕਿਹੜਾ ਕੋਈ ਰੱਬ ਦਾ ਪਿਆਰਾ ਬੈਠਾ ਹੋਵੇ, ਭਗਤ ਨਾਮਦੇਵ ਜੀਆਂ ਦੀ ਰਸਨਾ ਬਿਰਤੀ ਵਾਲਾ, ਉਹਦੀ ਅਰਦਾਸ ਗੁਰੂ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਈ ਤੇ ਸਤਿਗੁਰਾਂ ਨੇ ਚਰਨਾਂ ਦੇ ਵਿੱਚ ਅਰਦਾਸ ਸੁਣ ਲੈਣੀ ਆ। ਜੋ ਵੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅਰਜੋਈ ਕਰ ਰਹੇ ਹਾਂ, ਤੜਫ ਕਰ ਰਹੇ ਹਾਂ, ਉਹ ਸਤਿਗੁਰਾਂ ਨੇ ਸੁਣ ਲੈਣੀ ਆ। ਅਰਦਾਸ ਕਰਨ ਵਾਸਤੇ ਆਇਆ ਤੇ ਆਪਾਂ ਸਾਰੇ ਹੀ ਪਰਿਵਾਰ ਨੂੰ ਇਹ ਕਹਿੰਦੇ ਹਾਂ ਵੀ ਭਾਈ ਕੋਈ ਗੱਲ ਨਹੀਂ, ਇੱਥੇ ਸਤਿਗੁਰਾਂ ਦਾ ਭਾਣਾ ਹੈ, ਇੱਥੇ ਸਤਿਗੁਰਾਂ ਦਾ ਹੁਕਮ ਹੈ। ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਕਰਮਾਂ ਦੇ ਵਿੱਚ ਲਿਖਿਆ ਸੀ, ਜਿਵੇਂ ਉਹ ਪਰਮਾਤਮਾ ਨੇ ਲਿਖਿਆ ਸੀ ਉਸ ਤਰ੍ਹਾਂ ਹੋਣਾ ਹੈ। ਹੌਸਲਾ ਰੱਖੋ, ਆਪਾਂ ਸਾਰੇ ਹੀ ਇਹ ਕਹਿੰਦੇ ਹਾਂ, ਜਿੰਨੇ ਵੀ ਆਉਂਦੇ ਹਾਂ ਸਾਰੇ ਪਰਿਵਾਰ ਨੂੰ ਇਹ ਕਹਿੰਦੇ ਹਾਂ, ਪਰ ਇਹ ਜਿਹੜੀ ਭਾਣੇ ਵਾਲੀ ਬਾਤ ਹੈ ਇਹ ਬੜੀ ਔਖੀ ਆ। ਕਹਿ ਤੇ ਮੈਂ ਵੀ ਜਾਣਾ ਏ, ਭਾਣਾ ਮੰਨੋ ਭਾਈ ਕਹਿ ਕੇ ਘਰ ਨੂੰ ਤੁਰ ਜਾਣਾ, ਤੁਸੀਂ ਵੀ ਕਹਿ ਕੇ ਘਰੇ ਜਾਵੋਗੇ, ਪਰ ਇਹ ਜਿਹੜੀ ਭਾਣੇ ਵਾਲੀ ਗੱਲ ਹੈ
ਇਹ ਭਾਣਾ ਜਿਹਨਾਂ ਨੂੰ ਮੰਨਣਾ ਪੈਂਦਾ ਹੈ ਜਾਂ ਜਿਹਨਾਂ ਨੇ ਮੰਨਿਆ ਉਹਨਾਂ ਨੂੰ ਪਤਾ, ਗੱਲ ਤੇ ਬਹੁਤ ਵੱਡੀ ਹੈ। ਭਾਣਾ ਇਤਿਹਾਸ ਦੇਖ ਲਓ ਪੜ੍ਹ ਕੇ, ਸਾਈਂ ਮੀਆਂ ਮੀਰ ਜੀਆਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਖਿਆ ਸੀ, ਸਾਈਂ ਮੀਆਂ ਮੀਰ ਜੀ, ਇਹ ਜਿਹੜਾ ਤੁਸੀਂ ਭਾਣੇ ਦੀ ਗੱਲ ਕਰਦੇ ਹੋ, ਇਹ ਭਾਣਾ ਤੁਹਾਨੂੰ ਕਦੇ ਪ੍ਰੈਕਟੀਕਲ ਕਰਕੇ ਦੱਸਾਂਗੇ, ਐਵੇਂ ਭਾਣੇ ਦੀ ਗੱਲ ਨਹੀਂ ਸਮਝ ਆਉਣੀ। ਇਹ ਜਿਹੜੀ ਭਾਣੇ ਵਾਲੀ ਬਾਤ ਹੈ, ਇਹ ਸਮਝ ਨਹੀਂ ਆਉਂਦੀ। ਸਮਾਂ ਆਵੇਗਾ ਤੁਹਾਨੂੰ ਪ੍ਰੈਕਟੀਕਲ ਕਰਕੇ ਦੱਸਾਂਗੇ, ਸਮਾਂ ਵੀ ਆਇਆ। ਹੁਣ 17 ਤਰੀਕ ਨੂੰ, 17 ਜੂਨ ਨੂੰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ। ਜਿਸ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਈਂ ਮੀਆਂ ਮੀਰ, ਕਾਰਨ ਕਿਹੜੇ ਸਨ? ਪਹਿਲਾ ਕਾਰਨ, ਉਹਦੀ ਧੀ ਦਾ ਰਿਸ਼ਤਾ ਨਹੀਂ ਸੱਚੇ ਪਾਤਸ਼ਾਹ ਨੇ ਪ੍ਰਵਾਨ ਕੀਤਾ। ਉਹਨੇ ਗੁਰੂ ਘਰ ਨੂੰ ਮੰਦੇ ਸ਼ਬਦ ਬੋਲੇ, ਗੁਰੂ ਘਰ ਨੂੰ ਆਖਿਆ ਮੋਰੀ ਤੇ ਆਪਣੇ ਆਪ ਨੂੰ ਚਵਾਰਾ। ਦੂਸਰਾ ਕਾਰਨ, ਖੁਸਰੋ ਨੂੰ ਪਨਾਹ ਦਿੱਤੀ। ਤੀਸਰਾ, ਇਹਨਾਂ ਨੇ ਕਾਰਨ ਬਣਾਇਆ ਵੀ ਜਿਹੜਾ ਇਹਨਾਂ ਨੇ ਵੱਖਰਾ ਇੱਕ ਗ੍ਰੰਥ ਤਿਆਰ ਕੀਤਾ, ਉਹ ਗ੍ਰੰਥ ਦੇ ਵਿੱਚ ਮੁਹੰਮਦ ਸਾਹਿਬ ਦੀ ਸਿਫਤ ਨਹੀਂ ਕੀਤੀ। ਇਹੀ ਕਾਰਨ ਸਨ। ਪਰ ਸਤਿਗੁਰਾਂ ਨੇ ਆਪਣੀ ਵਿਚਾਰ ਜਿਹੜੀ ਹੈ ਉਹ ਵਿਚਾਰ ਦੇ ਨਾਲ ਜਾਣਾ ਹੈ। ਆਪਾਂ ਨੇ ਭਾਣੇ ਦੀ ਬਾਤ ਕਰਨ ਗੱਲ ਕਰਨੀ ਆ ਕਿ ਸਾਧ ਸੰਗਤ ਜੀ, ਸਤਿਗੁਰਾਂ ਨੂੰ ਇਹਨਾਂ ਨੇ ਪਾਪੀਆਂ ਨੇ 33 ਤਵੀ ਤੇ ਵੀ ਬਿਠਾਇਆ। ਦੂਸਰਾ ਦਿਨ ਆਇਆ, ਦੂਸਰੇ ਦਿਨ 33 ਤਵੀ ਤੇ ਬਿਠਾਇਆ। ਗੁਰੂ ਗੁਪਤਾ ਝੀਵ ਮਾਰ ਮਾਰ ਕੇ ਰੋਂਦਾ ਏ, ਰੋ ਰੋ ਕੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਕਹਿੰਦਾ, ਸੱਚੇ ਪਾਤਸ਼ਾਹ ਹੁਕਮ ਕਰੋ, ਮੈਂ ਇਹਨਾਂ ਦਾ ਨਾਸ ਕਰਦਿਆਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਈਂ ਮੀਆਂ ਮੀਰ ਜੀ, ਨਹੀਂ, ਤਾਕਤ ਤੇ ਬੜੀ ਆ, ਫੁਰਨਾ ਕਰਕੇ ਹੀ ਪਰਲੋ ਲਿਆ ਦੇਣ, ਪਰ ਉਹ ਵਸਤੂ ਤੇ ਉਹ ਤਾਕਤ ਦਿਖਾਉਣੀ ਨਹੀਂ, ਭਾਣੇ ਵਿੱਚ ਰਹਿਣਾ। ਸਾਈਂ ਮੀਆਂ ਮੀਰ ਜੀ, ਤੂੰ ਕਦੇ ਭਾਣੇ ਦੀ ਗੱਲ ਕਰ ਰਿਹਾ ਸੀ, ਤੈਨੂੰ ਆਖਿਆ ਸੀ ਕਦੇ ਪ੍ਰੈਕਟੀਕਲ ਕਰਕੇ ਦਿਖਾਵਾਂਗੇ, ਆ ਇਹ ਭਾਣਾ, ਇਹ ਸਤਿਗੁਰਾਂ ਦਾ ਭਾਣਾ ਏ, ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਇਹ ਭਾਣਾ, ਇਹ ਸਤਿਗੁਰਾਂ ਦਾ ਭਾਣਾ ਏ, ਇਹਨੂੰ ਮਿੱਠਾ ਕਰਕੇ ਮੰਨਣਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਫਿਰ ਸਾਈਂ ਮੀਆਂ ਮੀਰ ਜੀ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਇਹ ਤੇ ਭਾਣੇ ਦੀ ਬਾਤ, ਜਿਨ੍ਹਾਂ ਨੇ ਭਾਣਾ ਮੰਨਿਆ ਤੇ ਉਹਨਾਂ ਦੇ ਗੁਰਸਿੱਖਾਂ ਨੇ ਮੰਨਿਆ, ਉਹੀ ਆਪਣੇ ਚਰਨਾਂ ਦੇ ਨਾਲ ਜੋੜ ਲੈਣ, ਆਪਣੇ ਚਰਨਾਂ ਦੇ ਨਾਲ ਜੋੜ ਕੇ ਕਿਤੇ ਪਰਿਵਾਰ ਨੂੰ ਭਾਣਾ ਮੰਨਣ ਦੀ ਜਾਚ ਸਿਖਾ ਦੇਣ। ਸਤਿਗੁਰੂ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਆ। ਸਤਿਗੁਰੂ ਜੀ ਮਨਾ ਸਕਦੇ ਨੇ ਭਾਣਾ, ਤੇ ਸਤਿਗੁਰਾਂ ਦੀ ਦਇਆ ਦੇ ਨਾਲ, ਰਹਿਮਤ ਦੇ ਨਾਲ ਭਾਣਾ ਮੰਨਿਆ ਜਾ ਸਕਦਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਵਿੱਚ ਤੱਤਾ ਗਰਮ ਰੇਤਾ ਵੀ ਪਾਇਆ, ਪਰ ਸਾਧ ਸੰਗਤ ਜੀ ਸਰੀਰ ਤੇ ਸਾਲੇ ਹੋ ਗਏ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਜਾਲਮਾਂ ਨੂੰ ਕਿ ਅਸੀਂ ਰਾਵੀ ਤੇ ਇਸ਼ਨਾਨ ਕਰਨਾ, 3 ਦਿਨ ਹੋ ਗਏ ਸਾਨੂੰ ਇਸ਼ਨਾਨ ਨਹੀਂ ਕੀਤਾ, ਅਸੀਂ ਇਸ਼ਨਾਨ ਕਰਕੇ ਆਉਣਾ ਏ। ਇਹਨਾਂ ਨੇ ਸੋਚਿਆ ਵੀ ਹੋਰ ਤਕਲੀਫ ਦੇ ਵਿੱਚ ਆਉਣਗੇ ਸਰੀਰ ਤੇ,
ਹੋਰ ਦੁੱਖ ਆਵੇਗਾ ਇਹਨਾਂ ਨੇ ਮੰਨ ਜਾਣਾ। ਸਤਿਗੁਰੂ ਜੀ ਇਸ਼ਨਾਨ ਕਰਨ ਵਾਸਤੇ ਗਏ, ਦੋ ਸਿੰਘਾਂ ਨੇ ਮੋਢਿਆਂ ਤੇ ਹੱਥ ਰੱਖਿਆ ਏ, ਗੁਰੂ ਅਰਜਨ ਦੇਵ ਮਹਾਰਾਜ ਜੀ ਤੁਰੇ ਜਾ ਰਹੇ ਨੇ। ਰਾਵੀ ਤੇ ਜਾ ਕੇ ਗੁਰਮਤਾ ਕੀਤਾ, ਗੁਰਮਤਾ ਜਿਹੜੇ ਗੁਰੂ ਦੇ ਪਿਆਰੇ ਜਾਂ ਗੁਰੂ ਇਕੱਠੇ ਹੋ ਕੇ ਕਰਦੇ ਨੇ, ਗੁਰਮਤਾ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਆਉਣ ਵਾਲਾ ਸਮਾਂ ਤੇ ਆਉਣ ਵਾਲੀ ਸੇਵਾ ਸਾਰੀ ਉਹ ਸਿੰਘਾਂ ਦੇ ਨਾਲ ਬੈਠ ਕਰਕੇ ਗੁਰਮਤਾ ਕਰਕੇ ਸਮਝਾ ਦਿੱਤੀ। ਬਾਅਦ ਦੇ ਵਿੱਚ ਹੁਕਮ ਕੀਤਾ ਵੀ ਅਸੀਂ ਇਹ ਰਾਵੀ ਦੇ ਵਿੱਚ ਜਪਜੀ ਸਾਹਿਬ ਦਾ ਜਾਪ ਕਰਾਂਗੇ, ਜਾਪ ਕਰਕੇ ਫਿਰ ਇਹੀ ਰਾਵੀ ਦੇ ਵਿੱਚ ਅਸੀਂ ਸਰੀਰ ਛੱਡ ਜਾਣਾ, ਤੁਸੀਂ ਇਹਦੇ ਰਾਵੀ ਦੇ ਵਿੱਚ ਹੀ ਸਾਨੂੰ ਜਲ ਪ੍ਰਵਾਹ ਕਰ ਦਿਓ, ਨਾਲ ਲਿਜਾਣ ਦੀ ਖਿੱਚ ਲਾਣਾ ਕਰਿਓ, ਕੋਸ਼ਿਸ਼ ਨਾ ਕਰਿਓ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਪਤਾ ਸੀ ਵੀ ਇਹ ਜਿਹੜੇ ਜ਼ਾਲਮ ਨੇ ਇਹਨਾਂ ਨੇ ਸਾਡੇ ਸਰੀਰ ਦੇ ਨਾਲ ਸਾਡੇ ਸਰੀਰ ਦੀ ਬੇਅਦ ਵੀ ਕਰਨੀ ਆ। ਸੱਚੇ ਪਾਤਸ਼ਾਹ ਜੀ ਤਦੇ ਰਾਵੀ ਦੇ ਵਿੱਚ ਸਰੀਰ ਛੱਡ ਕੇ ਜਲ ਪ੍ਰਵਾਹ ਆਪਣੇ ਸਰੀਰ ਦਾ ਹੁਕਮ ਕਰਕੇ ਗਏ। ਕਿਉਂ? ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਰੀਰ ਨੂੰ ਭਾਈ ਜੈਤਾ ਜੀ ਲੈ ਕੇ ਆਏ। ਕਿਉਂ? ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਰੀਰ ਦਾ ਆਪਣੇ ਘਰ ਦੇ ਵਿੱਚ ਆ ਕੇ ਆਪਣੇ ਘਰ ਨੂੰ ਅੱਗ ਲਾ ਦਿੱਤੀ। ਪਤਾ ਸੀ, ਹੁਕਮ ਹੋਇਆ ਸੀ ਵੀ ਜਦੋਂ ਕੱਲ ਦਾ ਦਿਨ ਚੜ੍ਹਨਾ ਇਹਨਾਂ ਦੇ ਚਾਰ ਅੰਗ ਦੋਨੇ ਬਾਹਾਂ ਤੇ ਲੱਤਾਂ ਇਕੱਠੀਆਂ ਕਰਕੇ ਕਹਿੰਦੇ ਦਿੱਲੀ ਦੇ ਵਿੱਚ ਟੰਗ ਦਿਓ, ਕਹਿੰਦੇ ਕੱਲ ਨੂੰ ਕਿਸੇ ਦਾ ਹੀਆ ਨਾ ਪਵੇ ਇਹਨਾਂ ਨੂੰ ਦੇਖ ਕੇ। ਸਿੰਘਾਂ ਨੇ ਰਾਤੋਂ ਰਾਜਿਆਂ ਨੂੰ ਪਤਾ ਸੀ ਵੀ ਸਾਡੇ ਸਰੀਰ ਦੀ ਬੇਅਦ ਵੀ ਹੋਣੀ ਹੈ, ਇਹਨੂੰ ਘਰ ਨਾ ਲੈ ਕੇ ਜਾਇਓ, ਵਾਪਸ ਨਾ ਲੈ ਕੇ ਜਾਇਓ। ਸਤਿਗੁਰਾਂ ਨੇ ਉੱਥੇ ਹੀ ਰਾਵੀ ਦੇ ਵਿੱਚ ਸਰੀਰ ਛੱਡਿਆ ਤੇ ਸਿੰਘਾਂ ਨੇ ਜਲ ਪ੍ਰਵਾਹ ਕੀਤਾ, ਵਾਪਸ ਆ ਗਏ। ਹੁਣ ਉਹਨਾਂ ਸਿੰਘਾਂ ਨੂੰ ਪਤਾ ਜਿਹੜੇ ਸਿੰਘਾਂ ਦੇ ਨਾਲ ਸਤਿਗੁਰੂ ਜੀ ਗਏ ਤੇ ਜਦੋਂ ਮੁੜ ਕੇ ਆਏ ਉਹਨਾਂ ਦੇ ਨਾਲ ਨਹੀਂ, ਤਿਸ ਆਗੈ ਮਰ ਚੱਲੀ ਹੈ। ਉਹਨਾਂ ਨੂੰ ਪਤਾ ਜਿਹੜੇ ਹੁਣ ਨਾਲ ਗਏ ਸੀ ਤੇ ਵਿਛੋੜਾ ਪਾ ਕੇ ਵਾਪਸ ਤੁਰੇ ਆ ਗਏ, ਤਾਂ ਉਹਨਾਂ ਨੂੰ ਪਤਾ ਇਹ ਤਾਂ ਭਾਈ ਜਿਨ੍ਹਾਂ ਨੇ ਭਾਣਾ ਮੰਨਿਆ ਉਹ ਕਿਸੇ ਨੂੰ ਭਾਣੇ ਦੀ ਜਾਂਚ ਸਿਖਾ ਸਕਦੇ ਨੇ, ਜਾਂ ਫਿਰ ਉਹਨਾਂ ਦੇ ਜਿਹੜੇ ਪਿਆਰੇ ਸਿੱਖ ਜਿਨ੍ਹਾਂ ਨੇ ਭਾਣਾ ਮੰਨ ਕੇ ਸਤਿਗੁਰਾਂ ਨੂੰ ਖੁਸ਼ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਗੁਰਮੁਖ ਨਾਮ ਦਾ ਸਿੱਖ ਆਇਆ। ਇਹ ਸਿੱਖ ਨੇ ਆ ਕੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਰ ਬਿਰਲੇ ਨੇ ਸੱਚੇ ਪਾਤਸ਼ਾਹ ਫਿਰ ਉਹਨਾਂ ਦੇ ਦਰਸ਼ਨ ਕਰਾ ਦਿਓ, ਉਹਨਾਂ ਦੇ ਦਰਸ਼ਨ ਕਰ ਲਈਏ ਜਿਹੜੇ ਆਪ ਜੀਆਂ ਦਾ ਭਾਣਾ ਮੰਨਦੇ ਨੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਓ ਗੁਜਰਾਤ ਦੀ ਧਰਤੀ ਤੇ ਚਲੇ ਜਾਓ, ਗੁਜਰਾਤ ਦੇ ਵਿੱਚ ਇਹ ਨਾਮ ਜਪਦੇ ਰਹਿੰਦੇ ਨੇ। ਉਹ ਭਾਈ ਭਿਖਾਰੀ ਜੀਆਂ ਦੇ ਜਾ ਕੇ ਦਰਸ਼ਨ ਕਰੋ। ਇਹ ਗੁਰਮੁਖ ਨਾਮ ਦਾ ਸਿੱਖ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆਗਿਆ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਗੁਜਰਾਤ ਦੀ ਧਰਤੀ ਤੇ ਚਾਲੇ ਪਾ ਦਿੱਤੇ। ਪਿੰਡ ਮਹਾਰਾਜ ਜੀਆਂ ਨੇ ਭੇਜਿਆ ਸੀ ਭਾਈ ਭਿਖਾਰੀ ਨਾਮ ਦੇ ਸਿੱਖ ਦੇ ਕੋਲ, ਇਹ ਭਾਈ ਗੁਰਮੁਖ ਭਾਈ ਭਿਖਾਰੀ ਜੀਆਂ ਦੇ ਘਰ ਪਹੁੰਚ ਗਿਆ। ਜਦੋਂ ਭਾਈ ਭਿਖਾਰੀ ਜੀਆਂ ਦੇ ਘਰ ਪਹੁੰਚਿਆ, ਜਾ ਕੇ ਭਾਈ ਭਿਖਾਰੀ ਜੀਆਂ ਨੂੰ ਫਤਿਹ ਬੁਲਾਈ,
ਦੱਸਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਭੇਜਿਆ, ਭਾਈ ਭਖਾਰੀ ਜੀਆਂ ਨੇ ਸਤਿਗੁਰਾਂ ਦੇ ਕੋਲੋਂ ਆਉਣ ਦਾ ਕਾਰਨ ਕਰਕੇ ਬੜੇ ਅਦਬ ਸਤਿਕਾਰ ਦੇ ਨਾਲ ਪ੍ਰੇਮ ਭਾਵਨਾ ਦੇ ਨਾਲ ਜਲ ਪਾਣੀ ਸੁਕਾਇਆ, ਸੇਵਾ ਕੀਤੀ। ਇਹ ਗੁਰਮੁਖ ਨਾਮ ਦਾ ਜਿਹੜਾ ਸਿੱਖ ਸੀ ਕੀ ਦੇਖਦਾ, ਇੱਕ ਪਾਸੇ ਤਾਂ ਭਾਈ ਭਖਾਰੀ ਜੀਆਂ ਦੇ ਘਰ ਦੇ ਵਿੱਚ ਇਹਨਾਂ ਦੇ ਪੁੱਤਰ ਦੀ ਵਿਆਹ ਸ਼ਾਦੀ ਹੈ, ਉਹ ਵਿਆਹ ਸ਼ਾਦੀ ਦੀਆਂ ਮਠਿਆਈਆਂ ਤਿਆਰ ਹੋ ਰਹੀਆਂ ਨੇ, ਕਿਧਰੇ ਸੁਨਿਆਰਾ ਗਹਿਣੇ ਘੜ ਰਿਹਾ ਏ, ਗਹਿਣੇ ਤਿਆਰ ਕਰਦਾ ਏ, ਕਿਧਰੇ ਸੁਹਾਗਣਾ ਗੀਤ ਗਾ ਰਹੀਆਂ ਨੇ ਵਿਆਹ ਦੇ। ਆ ਬਜ਼ੁਰਗ ਬੈਠੇ ਹੋ, ਸਾਡੀ ਤੇ ਅਜੇ ਉਮਰ ਨਹੀਂ, ਅਸੀਂ ਤਾਂ ਤੁਹਾਡੇ ਬੱਚੇ ਹਾਂ, ਪਰ ਗ੍ਰੰਥਾਂ ਦੇ ਵਿੱਚ ਸਭ ਕੁਝ ਮਿਲ ਜਾਂਦਾ ਏ, ਬਜ਼ੁਰਗਾਂ ਦੇ ਕੋਲ ਬਹਿ ਕੇ ਸਭ ਕੁਝ ਮਿਲ ਜਾਂਦਾ ਏ, ਪਰ ਬਜ਼ੁਰਗਾਂ ਦੀ ਗੱਲ ਅੱਜ ਸੁਣਨ ਨੂੰ ਨੌਜਵਾਨ ਤਿਆਰ ਨਹੀਂ। ਬਜ਼ੁਰਗ ਜੇ ਕੋਈ ਗੱਲ ਕਹਿੰਦੇ ਨੇ ਅੱਗੋਂ ਉਲਟ ਬੋਲਦੇ ਆ, ਪੁੱਠਾ ਬੋਲਦੇ ਆ, ਪਰ ਬਜ਼ੁਰਗਾਂ ਦੇ ਕੋਲ ਬਹਿ ਕੇ ਜੇ ਕੁਝ ਸੁਣ ਲਈਏ ਬਹੁਤ ਕੁਝ ਮਿਲ ਜਾਂਦਾ ਏ, ਕਿਉਂਕਿ ਇਹਨਾਂ ਨੇ ਜ਼ਿੰਦਗੀ ਦੇ ਵਿੱਚ ਦੇਖਿਆ ਏ। ਉਹਨਾਂ ਸਮਿਆਂ ਦੇ ਵਿੱਚ ਕਈ ਦਿਨ ਪਹਿਲਾਂ ਸੁਹਾਗਣਾਂ ਨੇ ਗੀਤ ਗਾਉਂਦੇ ਰਹਿਣਾ, ਮਠਿਆਈਆਂ ਤਿਆਰ ਹੋਣੀਆਂ, ਬੜੇ ਚਾਅ ਦੇ ਨਾਲ ਰਿਸ਼ਤੇਦਾਰ ਕਈ ਦਿਨ ਘਰ ਆਉਂਦੇ ਰਹਿੰਦੇ, ਖੁਸ਼ੀਆਂ ਮਨਾਉਂਦੇ। ਹੁਣ ਇਹ ਗੁਰਮੁਖ ਨਾਮ ਦਾ ਸਿੱਖ ਦੇਖ ਰਹੇ ਆ, ਘਰ ਦੇ ਵਿੱਚ ਮਠਿਆਈਆਂ ਤਿਆਰ ਹੋ ਰਹੀਆਂ ਨੇ, ਸੁਹਾਗਣਾਂ ਵਿਆਹ ਦੇ ਗੀਤ ਗਾ ਰਹੀਆਂ ਨੇ, ਪਰ ਇਹ ਜਿਹੜਾ ਭਾਈ ਭਖਾਰੀ ਆ, ਇਹ ਭਾਈ ਭਖਾਰੀ ਦੇ ਪੁੱਤਰ ਦੀ ਵਿਆਹ ਸ਼ਾਦੀ ਹੈ, ਨੌਜਵਾਨ ਪੁੱਤਰ ਉਹਦੀ ਵਿਆਹ ਸ਼ਾਦੀ, ਪਰ ਇਹ ਜਿਹੜਾ ਭਾਈ ਭਖਾਰੀ ਆਪਣੀ ਮੌਜ ਦੇ ਵਿੱਚ ਬੈਠਾ ਗੁਰੂ ਜਪੀ ਜਾਂਦਾ, ਤੇ ਇੱਕ ਪਾਟੀ ਹੋਈ ਦਰੀ ਨੂੰ ਸੂਈ ਦੇ ਨਾਲ ਸੀ ਰਿਹਾ ਏ, ਪਾਟੀ ਹੋਈ ਦਰੀ ਨੂੰ ਸੂਈ ਦੇ ਨਾਲ ਸਿੰਦਾ ਜਾ ਰਿਹਾ ਏ। ਉਹ ਦਰੀ ਨੂੰ ਤਿਆਰ ਕਰਕੇ ਨੇ ਇੱਕ ਫੱਟਾ ਤਿਆਰ ਕਰ ਲਿਆ, ਇੱਕ ਕੱਫਣ ਤਿਆਰ ਕਰ ਲਿਆ। ਤੇ ਸਾਧ ਸੰਗਤ ਜੀ, ਇਧਰਲੇ ਪਾਸੇ ਤਾਂ ਮੁਰਦੇ ਦੀਆਂ ਤਿਆਰੀਆਂ ਹੋ ਰਹੀਆਂ ਨੇ, ਵੀ ਜਿਵੇਂ ਕੋਈ ਮੁਰਦਾ ਹੋਵੇ ਉਹਦੇ ਸਰੀਰ ਦਾ ਸੰਸਕਾਰ ਕਰਨਾ ਹੋਵੇ, ਇਧਰਲੇ ਪਾਸੇ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇਹ ਗੁਰਮੁਖ ਨਾਮ ਦਾ ਸਿੱਖ ਦੇਖ ਰਹੇ ਆ, ਇੱਕ ਪਾਸੇ ਤਾਂ ਸੋਚਦਾ ਵੀ ਤਾਂ ਘਰ ਦੇ ਘਰੇਲੂ ਕੰਮ ਕਾਰਾਂ ਦੇ ਵਿੱਚ ਲੱਗਿਆ, ਇਹ ਕਿਹੜੇ ਸਮੇਂ ਨਾਮ ਜਪਦਾ ਹੋਵੇਗਾ, ਕਿਹੜੇ ਸਮੇਂ ਇਹ ਗੁਰੂ ਤਾਂ ਫਿਰ ਪੂਰਿਆਂ ਦੇ ਕੋਲ ਹੀ ਭੇਜਦਾ, ਜਿਹੜਾ ਅਧੂਰਾ ਉਹ ਅਧੂਰੇ ਕੋਲ ਭੇਜੇਗਾ, ਜਿਹੜਾ ਪੂਰਾ ਪੂਰੇ ਕੋਲ ਭੇਜੇਗਾ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘਾਟ ਵਾਦ ਕਿਸ ਨਾਹੇ। ਤੇ ਸਾਧ ਸੰਗਤ ਜੀ, ਭਾਈ ਗੁਰਮੁਖ ਨਾਮ ਦਾ ਸਿੱਖ ਉਹਨਾਂ ਦੇ ਘਰ ਭਾਈ ਭਖਾਰੀ ਜੀਆਂ ਦੇ ਘਰ ਹੀ ਰਾਤ ਰਹਿ ਗਿਆ, ਆਰਾਮ ਬਸ ਹੋਇਆ, ਸ਼ਾਮ ਨੂੰ ਪ੍ਰਸ਼ਾਦ ਪਾਣੀ ਸਕਿਆ। ਭਾਈ ਭਖਾਰੀ ਜੀਆਂ ਨੇ ਆਸਣ ਲਾ ਦਿੱਤਾ, ਆਸਣ ਲੱਗਿਆ ਤੇ ਭਾਈ ਭਖਾਰੀ ਜੀਆਂ ਨੇ ਬੇਨਤੀ ਕੀਤੀ ਕਿ ਕੁਝ ਸਮਾਂ ਆਰਾਮ ਕਰੋ, ਆਸਣ ਦੀਆਂ ਤਿਆਰੀਆਂ ਨੇ। ਤੇ ਸਾਧ ਸੰਗਤ ਜੀ, ਭਾਈ ਗੁਰਮੁਖ ਨਾਮ ਦਾ ਸਿੱਖ ਕੁਝ ਸਮੇਂ ਵਾਸਤੇ ਆਰਾਮ ਕਰਨ ਵਾਸਤੇ ਤਿਆਰ ਹੋਇਆ, ਜੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ ਜੁੜੇ। ਕੁਝ ਸਮੇਂ ਦੇ ਬਾਅਦ ਦੇ ਵਿੱਚ ਭਾਈ ਗੁਰਮੁਖ ਨਾਮ ਦਾ ਸਿੱਖ ਵੀ ਉੱਠਿਆ, ਦਿਨ ਚੜ੍ਹ ਗਿਆ। ਜਦੋਂ ਦਿਨ ਚੜ੍ਹਿਆ, ਦੂਸਰੇ ਦਿਨ ਹੁਣ ਵਿਆਹ ਦਾ ਦਿਨ ਮਿਥਿਆ ਹੋਇਆ ਸੀ, ਤਿਆਰੀਆਂ ਕੀਤੀਆਂ ਗਈਆਂ, ਭਾਈ ਭਖਾਰੀ ਜੀਆਂ ਦੇ ਪੁੱਤਰ ਦੀ ਵਿਆਹ ਸ਼ਾਦੀ ਦਾ ਦਿਨ ਆ ਗਿਆ।
ਭਾਈ ਭਖਾਰੀ ਜੀਆਂ ਦੇ ਪੁੱਤਰ ਨੂੰ ਘੋੜੇ ਤੇ ਚੜਾ ਕੇ ਜਨੇਤ ਸਮੇਤ ਚਲੇ ਗਏ। ਅੱਗੇ ਜਾ ਕੇ ਟੋਕੇ ਤੇ ਸਾਮਨੂੰ ਨੂੰਹ ਨੂੰ ਲੈ ਕੇ ਘਰ ਆਉਂਦੇ ਨੇ। ਰਾਤ ਨੂੰ ਇਹ ਜਿਹੜੇ ਭਾਈ ਭਖਾਰੀ ਜੀਆਂ ਦਾ ਪੁੱਤਰ ਸੀ ਵਾਹਿਗੁਰੂ ਪਰਮੇਸ਼ਰ ਦਾ ਹੁਕਮ, ਹੁਣ ਘਰ ਦੇ ਵਿੱਚ ਰਿਸ਼ਤੇਦਾਰ ਸਾਰੇ ਹੀ ਆਏ ਨੇ, ਚਾਚੇ ਤਾਏ ਸਭ ਨੇ, ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ। ਸੁਹਾਗਣਾ ਤਾਂ ਵਿਆਹ ਦੇ ਗੀਤ ਗਾ ਰਹੀਆਂ ਸੀ, ਪਰ ਉਹ ਹਰੀ ਜੀ ਖੱਟਾ ਤਿਆਰ ਕੀਤਾ, ਕੱਫਣ ਵੀ ਤਿਆਰ ਕੀਤਾ, ਸਾਰੀਆਂ ਤਿਆਰੀਆਂ ਕਰਕੇ ਆਪਣੇ ਪੁੱਤਰ ਤੇ ਪਾ ਕੇ ਕੱਫਣ, ਜਿਹੜੀ ਪਾਟੀ ਹੋਈ ਦਰੀ ਨੂੰ ਸੀ ਰਹੇ ਸੀ ਉਹਨੂੰ ਵਸਾ ਕੇ ਆਪਣੇ ਘਰ ਦੇ ਵਿੱਚ ਜਥਾ ਯੋਗ ਪ੍ਰਸ਼ਾਦ ਤਿਆਰ ਕਰਕੇ ਸੰਗਤਾਂ ਨੂੰ ਸਕਾ ਕੇ ਉਹ ਦਰੀ ਦੇ ਉੱਪਰ ਬੈਠ ਗਏ। ਰਿਸ਼ਤੇਦਾਰ ਵੀ ਸਭ ਬੈਠੇ ਨੇ ਤੇ ਭਾਈ ਗੁਰਮੁਖ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਜਿਹਨੂੰ ਭਾਈ ਭਖਾਰੀ ਜੀਆਂ ਦੇ ਕੋਲ ਭੇਜਿਆ ਕਿ ਸਾਡਾ ਸਿੱਖ ਕਿਵੇਂ ਭਾਣਾ ਮੰਨਦਾ। ਜਦੋਂ ਕੁਝ ਰਿਸ਼ਤੇਦਾਰ ਸਾਖ ਕਹਿੰਦਾ, ਜਦੋਂ ਤੁਹਾਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਵਿਆਹ ਸ਼ਾਦੀ ਕਰਨ ਤੋਂ ਬਾਅਦ ਦੇ ਵਿੱਚ ਚਲੇ ਜਾਣਾ, ਮੇਰੇ ਪੁੱਤਰ ਨੇ ਦੁਨੀਆਂ ਵਿੱਚ ਰਹਿਣਾ ਨਹੀਂ, ਫਿਰ ਤੁਸੀਂ ਵਿਆਹ ਕਿਉਂ ਕੀਤਾ, ਵਿਆਹ ਕਰਕੇ ਆਪਣੇ ਘਰ ਦੇ ਵਿੱਚ ਨੂੰਹ ਕਿਉਂ ਲੈ ਕੇ ਆਏ। ਜਦੋਂ ਤੁਹਾਨੂੰ ਪਤਾ ਸੀ ਇੱਧਰੋਂ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਸੀ, ਇੱਧਰੋਂ ਤੁਸੀਂ ਮੁਰਦੇ ਦੀਆਂ ਤਿਆਰੀਆਂ ਕਰ ਰਹੇ ਸੀ, ਤੁਹਾਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਛੱਡ ਕੇ ਤੁਰ ਜਾਣਾ, ਫਿਰ ਤੁਸੀਂ ਆਪਣੇ ਪੁੱਤਰ ਨੂੰ ਵਿਆਹਿਆ ਕਿਉਂ, ਫਿਰ ਤੁਸੀਂ ਦੂਸਰੇ ਪਾਸੇ ਆਪਣੇ ਗੁਰੂ ਦੇ ਕੋਲੋਂ ਆਪਣੇ ਪੁੱਤਰ ਦੀ ਉਮਰਾਂ ਵਧਾ ਲੈਣੀ ਸੀ, ਜਦੋਂ ਤੁਹਾਡੇ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇੰਨੇ ਖੁਸ਼ ਨੇ, ਤਰੁੱਠੇ ਨੇ, ਮਿਹਰ ਦੇ ਘਰ ਵਿੱਚ ਆਏ ਹੋਏ ਨੇ, ਉਹਨਾਂ ਨੂੰ ਬੇਨਤੀ ਕਰਕੇ ਆਪਣੇ ਪੁੱਤਰ ਦੀ ਉਮਰ ਵਧਾ ਲੈਣੀ ਸੀ। ਜਿਹੜੇ ਘਰ ਦੇ ਵਿੱਚ ਸੁਹਾਗਣਾ ਵਿਆਹ ਦੇ ਗੀਤ ਗਾ ਰਹੀਆਂ ਸੀ, ਆ ਸੋਗ ਨਹੀਂ ਸੀ ਪੈਣਾ, ਆ ਵਿਰਾਗ ਦੇ ਗੀਤ ਨਹੀਂ ਗਾਏ ਜਾਣੇ, ਤੁਸੀਂ ਕਿਉਂ ਨਾ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ। ਭਾਈ ਗੁਰਮੁਖ ਨਾਮ ਦੇ ਸਿੱਖ ਨੇ ਵੀ ਕਿਹਾ ਕਿ ਤੁਸੀਂ ਇੰਨਾ ਤਾਂ ਗੁਰੂ ਦੇ ਚਰਨਾਂ ਵਿੱਚ ਦਿਨ ਰਾਤ ਲੱਗੇ ਰਹਿੰਦੇ ਹੋ, ਸੇਵਾ ਕਰਦੇ ਹੋ, ਜਿਵੇਂ ਭਾਈ ਸ਼ੇਰ ਸਿੰਘ ਜੀਆਂ ਨੂੰ ਵੀ ਕਹਿੰਦੇ ਨੇ ਨਾ ਵੀ ਇਹਨਾਂ ਤੇ ਇੰਨੀ ਕਿਰਪਾ, ਜਦੋਂ ਵੀ ਕੋਈ ਗੁਰੂ ਦੇ ਘਰ ਦੀ ਸੇਵਾ ਵਿੱਚ ਸਮਾਂ ਆਉਂਦਾ ਸਭ ਤੋਂ ਪਹਿਲਾਂ ਮੂਹਰੇ ਭੱਜ ਕੇ ਸੇਵਾ ਕਰਦੇ ਨੇ, ਪਰ ਇਹਨਾਂ ਤੇ ਐਸਾ ਸਮਾਂ ਕਿਉਂ ਆ ਗਿਆ, ਇਹ ਵਿਚਾਰਾਂ ਆਪਾਂ ਕਰਦੇ ਹਾਂ ਨਾ, ਕਿਉਂਕਿ ਸਾਰੇ ਨਗਰ ਤੋਂ ਪੁੱਛ ਲਓ, ਜੀ ਤੋਂ ਪੁੱਛੋਗੇ ਹਰ ਇੱਕ ਨੇ ਇਹੀ ਕਹਿ ਦੇਣਾ ਭਾਈ ਸ਼ੇਰ ਸਿੰਘ ਜੀ ਇਹਨਾਂ ਵਰਗੀ ਸੇਵਾ ਕੋਈ ਕਰ ਨਹੀਂ ਸਕਦਾ, ਅਸੀਂ ਵੀ 3-4 ਸਾਲ ਲਾਏ ਨੇ ਉਰੇ, ਅਸੀਂ ਵੀ ਦੇਖਿਆ ਭੱਜ ਭੱਜ ਕੇ ਗੁਰੂ ਦੇ ਚਰਨਾਂ ਵਿੱਚ ਸੇਵਾ ਕਰਨੀ। ਪਰ ਹੁਣ ਇਹ ਇਤਿਹਾਸ ਤੋਂ ਇੱਕ ਗੱਲ ਯਾਦ ਆ ਗਈ, ਜਿਵੇਂ ਭਾਈ ਭਖਾਰੀ ਨੇ ਆਪਣੇ ਹੱਥਾਂ ਦੇ ਨਾਲ ਤਿਆਰੀ ਕੀਤੀਆਂ ਨੇ ਨਾ, ਇੱਕ ਸਮਾਂ ਯਾਦ ਆ ਗਿਆ ਇਹ ਜਿਹੜਾ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬਾਜਾ ਵੱਜਦਾ ਸੀ ਨਾ, ਆ ਸਾਜ ਵੱਜ ਰਹੇ ਨੇ, ਇਹ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਭਾਈ ਸ਼ੇਰ ਸਿੰਘ ਜੀਆਂ ਨੇ ਕਿਸੇ ਸਮੇਂ ਸੇਵਾ ਕੀਤੀ, ਪਰ ਇਹ ਨਹੀਂ ਸੀ ਪਤਾ ਵੀ ਕਦੇ ਆ ਵੀ ਸਮਾਂ ਆ ਜਾਣਾ ਸਾਡੇ ਨੌਜਵਾਨ ਪੁੱਤਰ ਗੁਰਤੇਜ ਸਿੰਘ ਜੀ, ਕਿਉਂਕਿ ਜਿਸ ਦਿਨ ਆ ਬਾਜਾ ਲੈਣ ਗਏ ਸੀ ਨਾ, ਉਸ ਦਿਨ ਜਦੋਂ ਦੁਕਾਨ ਤੋਂ ਤੁਰੇ ਇਹਨਾਂ ਨੇ ਪਿਆਰ ਦੇ ਨਾਲ ਆਖਿਆ ਪੋਪਣ ਲਿਆ ਫਿਰ ਮਾਇਆ ਦੇ, ਅੱਜ ਬਾਜਾ ਲੈ ਕੇ ਆਉਣਾ ਏ, ਪਿਆਰ ਦੇ ਨਾਲ ਸਭ ਕੁਝ ਉਹਨੂੰ ਸੰਭਾਇਆ ਹੋਇਆ ਸੀ, ਕੋਪਣ ਲਿਆ ਮਾਇਆ ਦੇ, ਅਸੀਂ ਅੱਜ ਬਾਜਾ ਲੈ ਕੇ ਆਉਣਾ ਸਤਿਗੁਰਾਂ ਦੇ ਚਰਨਾਂ ਵਿੱਚ ਬਾਜਾ ਵੱਜੂ ਸੇਵਾ ਕਰ ਦਈਏ। ਸਰਦਾਰ ਸ਼ੇਰ ਸਿੰਘ ਜੀ ਤੇ ਦੋ ਜਣੇ ਮੈਂ ਗਏ ਪਟਿਆਲੇ, ਬਾਜਾ ਲੈ ਕੇ ਵਾਪਸ ਆਏ, ਪਰ ਅਸੀਂ ਗੁਰਦੁਆਰਾ ਸਾਹਿਬ ਨਹੀਂ ਲੈ ਕੇ ਆਏ, ਗੁਰਦੁਆਰਾ ਸਾਹਿਬ
ਜੇ ਲੈ ਕੇ ਆਏ ਭਾਈ ਗੁਰਤੇਜ ਸਿੰਘ ਪੋਪਨ ਹੀ ਲੈ ਕੇ ਆਇਆ। ਪੋਪਨ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬਾਜਾ ਹਾਜ਼ਰ ਕੀਤਾ, ਪਰ ਪਤਾ ਨਹੀਂ ਸੀ ਵੀ ਇੱਕ ਦਿਨ ਉਹ ਵੀ ਆ ਜਾਣਾ, ਅੰਤਮ ਅਰਦਾਸ ਦੇ ਵਿੱਚ ਵੱਜੇਗਾ, ਇਹ ਨਹੀਂ ਸੀ ਪਤਾ। ਕਹਿਣ ਤੋਂ ਭਾਵ ਭਾਈ ਸ਼ੇਰ ਸਿੰਘ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਇੰਨੀ ਭੱਜ ਭੱਜ ਕੇ ਸੇਵਾ ਕਰਦੇ ਨੇ, ਕਦੋਂ ਵੀ ਸਮਾਂ ਮਿਲਦਾ ਇਹਨਾਂ ਨੇ ਭੱਜ ਕੇ ਸੇਵਾ ਕਰਨੀ। ਸਭ ਤੋਂ ਮੂਹਰੇ ਸਤਿਗੁਰਾਂ ਨੇ ਇਹਨਾਂ ਨੇ ਆਖਣਾ ਵੀ ਸਤਿਗੁਰਾਂ ਨੇ ਬਹੁਤ ਕੁਝ ਬਖਸ਼ਿਆ, ਜਿੰਨਾ ਵੱਧ ਦੇਵਾਂਗੇ ਉਹਨਾਂ ਗੁਰੂ ਨੇ ਵੱਧ ਦੇ ਦੇਣਾ। ਭੱਜ ਕੇ ਕਦੇ ਵੀ ਗੁਰੂ ਦੇ ਚਰਨਾਂ ਵਿੱਚ ਸੇਵਾ ਤੋਂ ਮੁੱਖ ਨਹੀਂ ਮੋੜਿਆ। ਪਰ ਅੱਜ ਜੇ ਅਸੀਂ ਕਹਿੰਦੇ ਹਾਂ ਵੀ ਇਹਨਾਂ ਦੇ ਨਾਲ ਕਿਉਂ ਐਸਾ ਭਾਣਾ ਬੀਤ ਗਿਆ, ਨਹੀਂ ਸਾਧ ਸੰਗਤ ਜੀ, ਇਹ ਤਾਂ ਜੋ ਕਰਮਾਂ ਦੇ ਵਿੱਚ ਲਿਖਿਆ ਸੀ ਜਿਵੇਂ ਵਾਹਿਗੁਰੂ ਪਰਮੇਸ਼ਰ ਨੇ ਲਿਖ ਦਿੱਤਾ, ਉਹ ਮਿਟ ਨਹੀਂ ਸਕਦਾ। ਜਿੰਨਾ ਕੁ ਸਮਾਂ ਸਵਾਸ ਦੇ ਕੇ ਭਾਈ ਗੁਰਤੇਜ ਸਿੰਘ ਜੀ ਨੂੰ ਸਾਡੇ ਵੀਰ ਨੂੰ ਦੇ ਕੇ ਸੰਸਾਰ ਵਿੱਚ ਭੇਜਿਆ ਸੀ, ਉਹਨੂੰ ਅਸੀਂ ਮੇਟ ਨਹੀਂ ਸਕਦੇ। ਤੇ ਉਹ ਪਰਮਾਤਮਾ ਦੇ ਅੱਗੇ ਜ਼ੋਰ ਨਹੀਂ, ਹਾਂ ਇਹ ਗੱਲ ਹੈ ਵੀ ਜਦੋਂ ਅਸੀਂ ਸੰਸਾਰ ਦੇ ਵਿੱਚ ਆ ਕੇ ਚੰਗੇ ਕਰਮ ਕਰਾਂਗੇ, ਚੰਗੇ ਪਾਸੇ ਜੁੜਾਂਗੇ, ਅੱਗੇ ਜਾ ਕੇ ਸਾਨੂੰ ਵਸਣਾ ਸੌਖਾ ਹੋ ਜਾਵੇਗਾ। ਭਾਈ ਕਬੀਰ ਭਗਤ ਕਬੀਰ ਜੀ ਕਹਿੰਦੇ ਸਾਕਤ ਤੇ ਸੂਕਰ ਭਲਾ। ਇਹ ਕਿਉਂ ਸੂਕਰ ਨੂੰ ਭਲਾ ਕਿਹਾ ਏ, ਕਿਉਂ ਭਗਤ ਕਬੀਰ ਜੀਆਂ ਨੇ ਸਾਕਤ ਬੰਦੇ ਦੇ ਨਾਲ ਸੂਕਰ ਦੀ ਵਡਿਆਈ ਕੀਤੀ ਆ? ਭਗਤ ਕਬੀਰ ਜੀ ਕਹਿੰਦੇ ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਆਛਾ ਗਾਓ, ਉਹ ਸਾਕਤ ਬਫਰਾ ਮਰ ਗਿਆ ਕੋਈ ਨਾ ਲਹਿ ਨਾਓ। ਕਹਿੰਦੇ ਦੁਨੀਆਂ ਦੇ ਲੋਕ ਯਾਦ ਤਾਂ ਕਰਨਗੇ ਵੀ ਆ ਗਲੀ ਨੂੰ ਸਾਫ ਰੱਖਦਾ ਸੀ। ਸੂਰ ਦੀ ਵੀ ਵਡਿਆਈ ਕੀਤੀ ਆ ਭਗਤ ਕਬੀਰ ਜੀਆਂ ਨੇ, ਪਰ ਇਹ ਗੱਲ ਹੈ ਵੀ ਜਦੋਂ ਦੁਨੀਆਂ ਵਿੱਚੋਂ ਚੰਗੇ ਕਰਮ ਕਰਕੇ ਜਾਵਾਂਗੇ ਦੁਨੀਆਂ ਦੇ ਲੋਕ ਯਾਦ ਜ਼ਰੂਰ ਕਰਨਗੇ। ਜੇ ਦੁਨੀਆਂ ਦੇ ਲੋਕਾਂ ਦੀ ਭੁੱਬ ਨਿਕਲ ਗਈ, ਦੁਨੀਆਂ ਦੇ ਲੋਕਾਂ ਨੇ ਅਰਦਾਸ ਕਰ ਦਿੱਤੀ ਗੁਰੂ ਚਰਨਾਂ ਦੇ ਵਿੱਚ, ਤਾਂ ਸਤਿਗੁਰਾਂ ਨੇ ਤੈਨੂੰ ਆਪਣੇ ਚਰਨਾਂ ਦੇ ਵਿੱਚ ਆਪਣੀ ਗੋਦ ਦੇ ਵਿੱਚ ਲੈ ਲੈਣਾ ਹੈ। ਅੱਜ ਦੁਨੀਆਂ ਦੇ ਜਿੰਨੇ ਵੀ ਅਸੀਂ ਆਏ ਹਾਂ, ਜਦੋਂ ਅਰਦਾਸ ਕਰਾਂਗੇ ਸਾਰਿਆਂ ਦਾ ਮਨ ਕਿਉਂ ਨਹੀਂ ਇਕਾਗਰ ਹੋਵੇਗਾ, ਕਿਉਂ ਨਹੀਂ ਮਨ ਜੁੜੇਗਾ ਵੀ ਸੱਚੇ ਪਾਤਸ਼ਾਹ ਚਰਨਾਂ ਵਿੱਚ ਨਿਵਾਸ ਬਖਸ਼ਿਓ, ਸਾਰਿਆਂ ਦਾ ਮਨ ਕਿਉਂ ਨਹੀਂ ਜੁੜੇਗਾ? ਕਿਉਂਕਿ ਕਿਸੇ ਦਾ ਕਦੇ ਉਹਨੇ ਬੁਰਾ ਨਹੀਂ ਕੀਤਾ, ਕਿਸੇ ਨਾਲ ਕਦੇ ਬੁਰਿਆਈ ਨਹੀਂ ਕੀਤੀ ਕਰਨੀ ਆ। ਇਹ ਤਾਂ ਭਾਣਾ ਸੀ ਵਾਹਿਗੁਰੂ ਪਰਮੇਸ਼ਰ ਦਾ, ਜਿਵੇਂ ਭਾਣਾ ਬੀਤਣਾ ਸੀ ਉਵੇਂ ਬੀਤ ਕੇ ਰਹਿਣਾ। ਇਹ ਗੁਰਮੁਖ ਨਾਮ ਦੇ ਸਿੱਖ ਨੇ ਵੀ ਭਾਈ ਭਖਾਰੀ ਨੂੰ ਆਖਿਆ ਕਿ ਤੁਸੀਂ ਤਾਂ ਗੁਰੂ ਚਰਨਾਂ ਵਿੱਚ ਇੰਨੀ ਸੇਵਾ ਕਰਦੇ ਹੋ, ਦਿਨ ਰਾਤ ਗੁਰੂ ਦੇ ਚਰਨਾਂ ਵਿੱਚ ਲਾਈ ਰੱਖਦੇ ਹੋ, ਪਰ ਤੁਹਾਡੇ ਨਾਲ ਵੀ ਇਹ ਭਾਣਾ ਬੀਤ ਗਿਆ। ਉੱਥੇ ਭਾਈ ਭਖਾਰੀ ਜੀਆਂ ਨੇ ਜਿਹੜਾ ਵਚਨ ਕਲੰਗੀਧਰ ਪਾਤਸ਼ਾਹ ਨੇ ਆਖਿਆ ਸੀ ਉਹ ਵਾਹਿਗੁਰੂ ਪਰਮੇਸ਼ਰ ਦੀ ਅਮਾਨਤ ਸੀ। ਚਾਰ ਜੀ ਆਖਦੇ ਨੇ ਮੇਰੇ ਤੇ ਕਰਜ਼ਾ ਸੀ, ਉਹ ਪਰਮਾਤਮਾ ਦੀ ਅਮਾਨਤ ਸੀ ਭਾਈ। ਉਹ ਵਾਹਿਗੁਰੂ ਪਰਮੇਸ਼ਰ ਦੀ ਅਮਾਨਤ ਇੱਕ ਦਿਨ ਵਾਹਿਗੁਰੂ ਪਰਮੇਸ਼ਰ ਨੂੰ ਸੌਂਪਣੀ ਆ ਸਿੱਖ ਨੂੰ। ਭਾਈ ਭਖਾਰੀ ਜੀ ਇਹ ਵਚਨ ਆਖਦੇ ਨੇ ਜਿਸ ਕੀ ਵਸਤ ਸੋਈ ਲਾਏਗਾ ਦੋਸ ਕਿਨੂੰ ਦਈਏ ਪਿਆਰਿਆ।
परमात्मा वाहिगुरु परमेश्वर दी वस्तु सी ओ वाहिगुरु परमेश्वर अपनी वस्तु नू लै गया दुनिया विच किनू दोष दईए ए संसार दे विच दोष किनू दईए दोष नहीं दे सकदे जिहड़े वाहिगुरु परमेश्वर दी वस्तु सी ओ वाहिगुरु परमेश्वर अपनी वस्तु नू लै गया भाई बुखारी जीआं ने ਉਹ ਗੁਰਮੁਖ ਨਾਮ ਦੇ ਸਿੱਖ ਨੂੰ ਜਦੋਂ ਇਹ ਭਾਣਾ ਭਾਈ ਭੁਖਾਰੀ ਜੀਆਂ ਦੇ ਘਰ ਦੇ ਵਿੱਚ ਵਾਪਰਿਆ ਤੇ ਗੁਰਮੁਖ ਨਾਮ ਦੇ ਸਿੱਖ ਨੂੰ ਗੁਰਬਾਣੀ ਦੇ ਸ਼ਬਦ ਪੜ੍ਹ ਕੇ ਅਰਥ ਕਰਕੇ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਚਾ ਸ਼ਬਦੋ ਗਾ ਗਾਵੋ ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਕਰ ਸ਼ਾਂਤ ਸੁਖਮਾਨ ਆਏ ਵਸਿਆ ਜਿਨ ਇੱਛਾ ਸਾਧ ਪੁਜਾਨਿਆ ਸਦਾ ਕੁਰਬਾਨ ਚੰਗੀਆਂ ਪੂਰੀ
बाजा धर्म हजूर जिनी नाम ते आया गए मसाकत काल ਸਰਦਾਰ ਸਿੰਘ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀ ਧਿਆਏ ਪ੍ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੁਣ ਸਹਾਏ ਜਾਏ ਤੇਗ ਬਹਾਦਰ ਸਿਮਰੀਆ ਕਰ ਨਾਮ ਆਵੇ ਧਾਏ ਸਲਖਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਜੁਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਠ ਦਰਸ਼ਨ ਦਾਰਾਂ ਜੀ ਕਾ ਧਿਆਨ ਕਰਕੇ ਬੋਲੋ ਜੀ ਸਾਡੇ ਮਸੂਮ ਬੱਚਿਆਂ ਦੇ ਟੋਟੇ ਕਰਵਾ ਗਲਾਂ ਵਿੱਚ ਹਾਰ ਪਵੇ ਤੁਸੀਂ ਲੋਹਾਂ 'ਚ ਬੈਠੇ ਸਿੱਕੀ ਸਿੱਖ ਨਹੀਂ ਹਾਰਿਆ ਇਨ੍ਹਾਂ ਸਿਦਗਵਾਨਾਂ ਦੀ ਪਵਿੱਤਰ ਕਮਾਈ ਜੀ ਕਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਦੇ ਸਬੱਧ ਗੁਰਧਾਮਾਂ ਦੇ ਪਵਿੱਤਰ ਦਰਸ਼ਨ ਦਾਰਾਂ ਜੀ ਕਾ ਧਿਆਨ ਕਰਕੇ ਬੋਲੋ ਜੀ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹਿਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਗੁਰਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਪ੍ਰਭੂਤਾ ਦਾਨ ਦਾਨਾ ਸਿਰਦਾਨ ਨਾਮ ਦਾਨ ਅੰਮ੍ਰਿਤਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਜੈਕਾਰਾ ਖਾਲਸਾ ਸਾਹਿਬ ਬੋਲੋ ਜੀ ਆਪ ਜੀ ਦੀਆਂ ਗੁਰਸਿੱਖਾਂ ਦਾ ਮਾਨੀ ਮਾਂ ਮਾਤੂ ਜੀ ਮਤ ਪਾਦੇ ਰਾਖੇ ਆਪ ਕਾਲ ਪੁਰਖ ਮਿਹਰਬਾਨ ਜੀਓ ਤੁਮ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸਮਾਗਮ ਦਾ ਦਾਨ ਅਤੇ ਖਾਲਸਾ ਪੰਥ ਨੂੰ ਬਖਸ਼ੇ ਹੋਏ ਨਿਵਾਣਿਆਂ ਦੇ ਮਾਣ ਤਾਣੇ ਦੇ ਤਾਰ ਨੇ ਓਟਿਆਂ ਦੀ ਓਟ ਨੇ ਆਸਰੇ ਦੇ ਆਸਰੇ ਸਤਿਗੁਰ ਸੱਚੇ ਪਾਤਸ਼ਾਹ ਆਪ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਰਦਾਸ ਬੇਨਤੀ ਦਸਾਰ ਪਾਤਸ਼ਾਹ ਜੀਓ ਜਿਹਾ ਜਿਹੀ ਲਿਖਿਆ ਤਿਹਾ ਹੁਕਮ ਕਮਾਏ ਇਕੱਲੇ ਆਵੇ ਨਾਨਕਾ ਸਦੀ ਉੱਪੀ ਜਾਏ ਦੇ ਮਹਾਂਵਾਕਾਂ ਅਨੁਸਾਰ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਮਾਨ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਨੂੰ ਸਤਿਗੁਰ ਜੀ ਨੇ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ ਕੇ ਸੰਸਾਰ ਦੀ ਯਾਤਰਾ ਕਰਨ ਵਾਸਤੇ ਭੇਜਿਆ ਸੀ ਸਤਿਗੁਰੂ ਨੇ ਸਵਾਸਾਂ ਦੀ ਪੂੰਜੀ ਸਮਾਪਤ ਕਰਦੇ ਆਪਣੇ ਹੁਕਮ ਅਨੁਸਾਰ ਆਪ ਦੇ ਚਰਨਾਂ ਵਿਖੇ ਜਾ ਬਰਾਜੇ ਹਨ ਸਤਿਗੁਰ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਆਪਣੇ ਗ੍ਰਹਿ ਵੀ ਕਈ ਕਈ ਦਿਨਾਂ ਤੋਂ ਲੈ ਕੇ ਸਹਿਜ ਪਾਠ ਬ੍ਰਹਮ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਦੀ ਸਮਾਪਤੀ ਹੋਈ ਹੈ ਬ੍ਰਹਮ ਖੁੱਲ੍ਹੇ ਬਣਾਲਾ ਵਿੱਚ ਸਤਿਗੁਰ ਕਥਾ ਕੀਰਤਨ ਗੁਰਬਾਣੀ ਦੁਆਰਾ ਵਿਚਾਰਾਂ ਹੋਈਆਂ ਨੇ ਸਤਿਗੁਰ ਜੀ ਗੁਰਬਾਣੀ ਦੁਆਰਾ ਵਿਚਾਰਾਂ ਕਰਦੇ ਹਾਂ ਗੁਰਬਾਣੀ ਦੇ ਜਾਪ ਕਰਦੇ ਹਾਂ ਵਿਅੰਗ ਭੋਲਾ ਹੋ ਜਾਂਦੇ ਨੇ ਆਪ ਜੀ ਬਖਸ਼ਣ ਕੇ ਤਾਂ ਸਤਿਗੁਰ ਬਖਸ਼ ਲੈਣਾ ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਰੂਹ ਨੂੰ ਬਖਸ਼ਣਾ ਸਤਿਗੁਰ ਕਿਰਪਾ ਕਰਨੀ ਲੇਖੇ ਕਿਤੇ ਨਾ ਛੁੱਟੀ ਹੈ ਖਿਣ ਖਿਣ ਭੋਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸਤਿਗੁਰ ਜੀ ਕਿਰਪਾ ਕਰਨੀ ਸਰਦਾਰ ਗੁਰਦੇਵ ਸਿੰਘ ਜੀ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰੋ ਪਾਤਸ਼ਾਹ ਤੂੰ ਸੰਗਤ ਦੀ ਅਰਦਾਸ ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਤੇਰਾ ਸਤਿਗੁਰ ਔਗੁਣ ਨਾ ਚਤਾਰਦੇ ਹੋਇਆਂ ਉਹਨਾਂ ਨੂੰ ਆਪਣੇ ਚਰਨਾਂ ਦਾ ਪਿਆਰ ਬਖਸ਼ੋ ਪਿੱਛੇ ਸਮੂਹ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਆਪ ਜੀ ਦੇ ਬਖਸ਼ੇ ਹੋਏ ਲੋਹ ਲੰਗਰਾਂ ਵਿੱਚੋਂ ਰਾਹ ਪ੍ਰਸਾਦ ਦੀਆਂ ਦੇਗਾਂ ਸਦਕੇ ਹਾਜ਼ਰ ਹੋਈਆਂ ਨੇ ਕਿਰਪਾ ਕਰੋ ਕਰੀ ਬਾਖਰ ਸੋਚ ਪਿੱਤਰਾ ਹੁਣ ਲਾਓ ਭੋਗ ਹਰ ਰਾਏ ਸਤਿਗੁਰੂ ਜੀ ਆਪ ਜੀ ਦਾ ਅਸੀਂ ਅਤੇ ਪ੍ਰਸਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਵੀ ਮਾਈ ਭਾਈ ਸਰਦਾਰ ਗੁਰਤੇਜ ਸਿੰਘ ਜੀ ਅੰਤ ਵਾਲਾ ਉਦਾਸ ਹੋਣ ਵਾਸਤੇ ਚਰਨਾਂ ਵਿੱਚ ਖਾਜੇ ਹੋਏ ਨੇ ਸਭ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨੀ ਫਿਰ ਪ੍ਰਭਟਾਵਾਂ ਦਰ 'ਤੇ ਪ੍ਰਵਾਨ ਕਰਨੀ ਸਤਿਗੁਰ ਕਿਰਪਾ ਕਰਨੀ ਪਰਿਵਾਰ ਦੇ ਸਿਰ 'ਤੇ ਮੇਰਾ ਪਰਹਿਤ ਰੱਖਣਾ ਚੜ੍ਹਦੀਆਂ ਗੱਲਾਂ ਦਾ ਜੀਵਨ ਬਖਸ਼ਣਾ ਮਹਾਰਾਜ ਭਾਣਾ ਮੰਨਣ ਦਾ ਬਾਲ ਉਦੋਂ ਬਖਸ਼ਿਸ਼ ਕਰਨਾ ਕਰੋ ਕਿਰਪਾ ਲਾਹੀ ਹੁਕਮ ਬਖਸ਼ ਕੇ ਨਿਹਾਲ ਕਰੋ ਸਹੀ ਪਿਆਰਾਂ ਦਾ ਮੇਲ ਕਰਾਉਣਾ ਜਿੰਨਾ ਮੇਲ ਆਪ ਜੀ ਦਾ ਨਾਮ ਕੀਤਾ ਵੈ ਤਾਂ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ
ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ